ਜੀ ਜੀ ਸਾਰੇ ਵੀਰਾਂ ਦਾ ਧੰਨਵਾਦੀ ਹਾਂ ਮੈਂ, ਜਿਹੜਾ ਆਪਣਾ ਕ੍ਰਿਕਟ ਟੂਰਨਾਮੈਂਟ ਹੋਇਆ ਅਤੇ ਉੱਥੇ ਜੋ ਅਮਾਊਂਟ ਸਾਡੇ ਕੋਲ ਆਲ ਟੋਟਲ ਇਕੱਠੀ ਹੋਈ ਆ 5,18,900 ਰੁਪਇਆ ਆਪਣੇ ਕੋਲ ਆਇਆ ਵਾ, ਅਤੇ ਜਿਹਦੇ ਵਿੱਚ ਆਪਣਾ ਟੋਟਲ ਖਰਚਾ 4,99,987 ਰੁਪਏ ਆਪਣਾ ਖਰਚਾ ਹੋਇਆ ਵਾ, ਅਤੇ ਬਾਕੀ ਜੋ ਸਮਾਨ ਆਪਾਂ ਗਰਾਊਂਡ ਵਾਸਤੇ ਭੇਟ ਕੀਤਾ ਵਾ ਉਹ ਸਮਾਨ ਤੁਹਾਡੇ ਕੋਲ ਸਾਰਾ ਪਿਆ ਵਾ, ਡਸਟਬੀਨ ਕਲੀਨਰ ਹੋ ਗਿਆ ਅਤੇ ਇੱਕ ਸੇਫਟੀ ਕਵਰ ਹੋ ਗਏ, ਅਤੇ ਬਾਕੀ ਜੋ ਬੈਲੈਂਸ ਬਚਦਾ ਸੀ ਉਹਦੇ ਵਿੱਚੋਂ ਆਪਾਂ ਬੱਚਿਆਂ ਦਾ ਵੀ ਟੂਰਨਾਮੈਂਟ ਕਰਾਇਆ, ਅਤੇ ਬਾਕੀ ਤੁਸੀਂ ਸਾਰਾ ਕੁਛ ਫੇਸਬੁੱਕ 'ਤੇ ਪਿਆ ਦੇਖ ਸਕਦੇ ਹੋ, ਅਤੇ ਜੋ ਕੁਛ ਬੈਲੈਂਸ ਮੇਰੇ ਕੋਲ ਬਚਿਆ ਉਹ ਵੀ ਠੀਕ ਹੈ ਨੈਕਸਟ ਆਪਾਂ ਕੁਛ, ਅਤੇ ਜੋ ਵੀ ਬਾਕੀ ਅਪਡੇਟ ਵੀਰੂ ਗੁੜੇ ਵਾਲੇ ਪੇਜ 'ਤੇ ਪਿਆ ਵਾ ਉਹ ਤੁਸੀਂ ਚੈੱਕ ਕਰ ਸਕਦੇ ਹੋ ਦੇਖ ਸਕਦੇ ਹੋ, ਅਤੇ ਆਲਮੋਸਟ ਬਾਕੀ ਸਾਰਾ ਕੁਛ ਡਨ ਆ, ਅਤੇ ਹੁਣ ਵੀਰੇ ਮੈਂ ਵੀ ਵਾਪਸੀ ਆਪ ਮੇਰੀ, ਅਤੇ ਇਸ ਕਰਕੇ ਭੱਜਰ ਭੱਜ ਨੱਠ ਜਾ ਪਲੀਜ਼, ਸਾਰਿਆਂ ਨੂੰ ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ ਸਾਰੇ ਐੱਨ ਆਰ ਆਈ ਵੀਰਾਂ ਦਾ, ਸਮੂਹ ਨਗਰ ਨਿਵਾਸੀਆਂ ਦਾ, ਸਾਡੀ ਸਮੁੱਚੀ ਟੀਮ ਦਾ ਜਿਨ੍ਹਾਂ ਨੇ ਬਹੁਤ ਜ਼ਿਆਦਾ ਫਰਕ ਕੀਤਾ, ਖਿਡਾਰੀਆਂ ਦਾ, ਸਪੋਰਟਰਾਂ ਦਾ, ਬਹੁਤ ਬਹੁਤ ਧੰਨਵਾਦ ਜੀ। ਜਿਹੜੀ ਰਕਮ ਇਕੱਠੀ ਹੋਈ ਸੀ ਉਹ 5,18,900 ਰੁਪਈਆ, ਕੁਝ ਵੀਰਾਂ ਨੇ ਕਿਹਾ ਸਾਡਾ ਗੁਪਤਦਾਨ ਨਾਂ ਲਿਖਣਾ, ਤਾਂ ਗੁਪਤਦਾਨ ਹੀ ਲਿਖਿਆ ਹੋਇਆ ਜੇ ਕਿਸੇ ਨੂੰ ਕੋਈ ਸਮਝ ਨਾ ਲੱਗੇ, ਅਤੇ ਇਹਦੇ 'ਚੋਂ ਖਰਚਾ ਹੋਇਆ 4,99,987 ਰੁਪਈਆ ਆਹ ਚੀਜ਼ਾਂ 'ਤੇ, ਗਰਾਊਂਡ ਟੂਰਨਾਮੈਂਟ 'ਤੇ, ਰਿਫਰੈਸ਼ਮੈਂਟ 'ਤੇ, ਲੰਗਰ 'ਤੇ, ਗੁਰੂ ਕੇ ਲੰਗਰ 'ਤੇ, ਅਤੇ ਇਨਾਮਾਂ 'ਤੇ ਸਾਰਾ ਖਰਚ ਹੋਇਆ 4,99,987 ਰੁਪਈਏ, ਅਤੇ ਜਿਹੜੇ ਬਾਕੀ ਪੈਸੇ ਬਚੇ ਸੀਗੇ ਉਹ ਬੱਚਿਆਂ ਦਾ ਜਿਹੜਾ ਖੇਡ ਮੇਲਾ ਕਰਾਇਆ, ਬੱਚਿਆਂ ਦੇ ਟੂਰਨਾਮੈਂਟ ਜਿਹੜੇ ਬੱਚਿਆਂ ਨੇ ਦੌੜਾਂ ਕਰਨੀਆਂ ਉੱਥੇ ਖਰਚ ਹੋ ਚੁੱਕੇ ਨੇ, ਯਾਨੀ ਕਿ ਇਸ ਤਰ੍ਹਾਂ ਕੁਝ ਵੀ ਬਾਕੀ ਨਹੀਂ ਹੈਗਾ, ਕੋਈ ਵੀ ਚੀਜ਼ ਬਕਾਇਆ ਨਹੀਂ ਹੈਗੀ, ਸਾਰੇ ਖਰਚ ਹੋ ਚੁੱਕੇ, ਸਾਰੀਆਂ ਚੀਜ਼ਾਂ ਦੇ ਬਿੱਲ ਸਾਡੇ ਕੋਲ ਪਏ ਨੇ, ਕਿਸੇ ਵੀ ਵੀਰ ਨੂੰ ਕੋਈ ਪ੍ਰੋਬਲਮ ਆ, ਕਿਸੇ ਵੀਰ ਨੂੰ ਮਤਲਬ ਪਤਾ ਲੱਗੇ ਕੋਈ ਡਾਊਟ ਆ, ਤਾਂ ਸਾਡੇ ਨਾਲ ਪਲੀਜ਼ ਗੱਲ ਕਰ ਸਕਦੇ, ਸਾਰੇ ਕੰਟੈਕਟ ਨੰਬਰ ਸਾਡੇ ਕੋਲ ਨੇ, ਅਤੇ ਇਸ ਵਜ੍ਹਾ ਦੇ ਬੰਦੇ ਦੇ ਧੰਨਵਾਦੀ ਹੋਵਾਂਗੇ ਵੀ ਜੇਕਰ ਕੁਛ ਇਸ ਤਰ੍ਹਾਂ ਵੀ ਕਰਦਾ ਤਾਂ ਬਹੁਤ ਬਹੁਤ ਧੰਨਵਾਦੀ ਹੋਵਾਂਗੇ, ਮਿਹਰਬਾਨੀ ਸ਼ੁਕਰੀਆ। ਇਸੇ ਤਰ੍ਹਾਂ ਐੱਨ ਆਰ ਆਈ ਭਰਾ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਵੱਡੇ ਵੱਡੇ ਕਾਰਜ ਹੁੰਦੇ ਨੇ, ਇਹ ਹੁੰਦੇ ਰਹਿਣਗੇ, ਧੰਨਵਾਦ, ਸ਼ੁਕਰੀਆ।